ਤਾਂ ਹਾਂਜੀ ਦੋਸਤੋ, ਗਰਮਾ ਗਰਮ ਖਬਰ ਲੈ ਕੇ ਤੁਹਾਡੇ ਤੱਕ ਆ ਚੁੱਕੇ ਹਾਂ। ਤਾਂ ਦੋਸਤੋ, ਜੇਕਰ ਤੁਸੀਂ ਸਿੱਧੂ ਮੂਸੇ ਵਾਲੇ ਵੀਰ ਦੇ ਫੈਨ ਹੋ ਤੇ ਹਜੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਵੋ ਤਾਂ ਕਿ ਤੁਹਾਡੇ ਤੱਕ ਹੋਰ ਅਪਡੇਟਾਂ ਨੇ ਜੋ ਆ ਸਕਣ। ਤਾਂ ਦੋਸਤੋ, ਗੱਲ ਕਰਦੇ ਹਾਂ ਆਪਣੀ ਖਬਰ ਦੇ ਬਾਰੇ। ਤਾਂ ਦੋਸਤੋ, ਅੰਮ੍ਰਿਤ ਮਾਨ ਜਿਵੇਂ ਕਿ ਸਿੱਧੂ ਮੂਸੇ ਵਾਲੇ ਦੇ ਵਾਂਗੂ ਸਟੈਂਡ ਲੈਣ ਵਾਲਾ ਬੰਦਾ ਅਤੇ ਪਹਿਲਾਂ ਵੀ ਕਈ ਜਗ੍ਹਾ ਤੇ ਸਟੈਂਡ ਲਿਆ ਹੈ ਤੇ ਜਿੱਥੇ ਵੀ ਸਟੈਂਡ ਲਿਆ ਹੈ ਸਿਰੇ ਹੀ ਚੜਾਇਆ ਹੈ। ਪਰ ਦੋਸਤੋ, ਜਿਵੇਂ ਕਿ ਆਪ ਸਭ ਨੂੰ ਪਤਾ ਕਿ ਅੰਮ੍ਰਿਤ ਮਾਨ ਦਾ ਹੁਣ ਇੱਕ ਗਾਣਾ ਆਇਆ ਸੀ ਕਾਲਾ ਘੋੜਾ, ਜਿਹਦੀ ਕਿ ਹੁਣ ਆਪਾਂ ਸਭ ਨੂੰ ਪਤਾ ਹੈ ਕਿ ਵੱਖ ਵੱਖ ਐਪਾਂ ਉੱਤੇ ਸਟ੍ਰੀਮਿੰਗ ਕੀਤੀ ਜਾਂਦੀ ਹੈ। ਪਰ ਅੰਮ੍ਰਿਤ ਮਾਨ ਨੇ ਸਾਫ਼ ਸਾਫ਼ ਲਿਖ ਕੇ ਆਪਣੇ ਇੰਸਟਾਗ੍ਰਾਮ ਉੱਤੇ ਵੱਡੀ ਗੱਲ ਕਰ ਦਿੱਤੀ ਹੈ ਕਿ ਮੇਰੇ ਗਾਣੇ ਦੀ ਸਟ੍ਰੀਮਿੰਗ ਜੀਓ ਦੇ ਐਪਾਂ ਉੱਤੇ ਨਾ ਕੀਤੀ ਜਾਵੇ। ਇਹ ਗਾਣਾ ਸਪੀਡ ਰੈਕਡ ਦੇ ਲੇਬਲ ਉੱਤੋਂ ਆਇਆ ਸੀ, ਇਸ ਕਰਕੇ ਸਪੀਡ ਰੈਕਡ ਨੂੰ ਇਹ ਗੱਲ ਕੀਤੀ ਗਈ ਅੰਮ੍ਰਿਤ ਮਾਨ ਦੇ ਇੰਸਟਾਗ੍ਰਾਮ ਉੱਤੋਂ। ਪਰ ਦੋਸਤੋ, ਅਸੀਂ ਤੁਹਾਨੂੰ ਦੱਸ ਦਈਏ ਕਿ ਅੰਮ੍ਰਿਤ ਮਾਨ ਨੇ ਇਹ ਵੀ ਕਿਹਾ ਕਿ ਜਿਹੜੇ ਮੇਰੇ ਇੰਸਟਾਗ੍ਰਾਮ ਹੈਂਡਲ ਨੂੰ ਚਲਾਉਂਦੇ ਹਨ ਉਹਨਾਂ ਨੂੰ ਬੇਨਤੀ ਹੈ ਕਿ ਕੋਈ ਵੀ ਜੀਓ ਦੇ ਹੱਕ ਵਿੱਚ ਪੋਸਟ ਨਾ ਪਾਇਓ, ਨਹੀਂ ਤਾਂ ਮੈਂ ਲੀਗਲ ਕਾਰਵਾਈ ਕਰਾਂਗਾ। ਦੋਸਤੋ, ਹੁਣ ਗੱਲ ਕਰਦੇ ਹਾਂ ਵੈਸਟਰਨ ਪੇਂਡੂ 855 ਦੀ, ਜਿਨ੍ਹਾਂ ਨੇ ਕਿ ਸਾਡੀ ਵੀਡੀਓ ਆਪਣੇ ਇੰਸਟਾਗ੍ਰਾਮ ਪੇਜ ਉੱਤੇ ਸਾਡੀ ਵੌਇਸ ਯੂਜ਼ ਕਰਕੇ ਪਾਈ ਹੈ। ਅਸੀਂ ਧੰਨਵਾਦ ਕਰਦੇ ਹਾਂ ਵੈਸਟਰਨ ਪੇਂਡੂ 855 ਦਾ। ਸਤਿ ਸ਼੍ਰੀ ਅਕਾਲ ਦੋਸਤੋ।